ਅਸਲਾਮ ਅਲੈਕਮ ਜੀ, ਵੈਲਕਮ ਹੋ ਗਿਆ ਦੋਸਤੋ ਪਿਜਨ ਕਾਰਨਰ ਚੈਨਲ 'ਚ। ਦੋਸਤੋ ਖੁਸ਼ਾਮਦੀਦ ਹੋ ਗਿਆ ਜੀ। ਲਓ ਭਾਈ ਜਾਨ, ਇੱਥੋਂ ਸਾਰਾ ਸੈਟਅਪ ਚੁੱਕ ਦਿੱਤਾ ਆਪਾਂ ਜਨਾਬ, ਗੁੱਸੇ 'ਚ ਆ ਗਏ, ਫੁੱਲ ਭਾਰ ਦੇ ਨਾਲ ਲੂਣੇ ਮਿੱਠੇ ਚੌਲ ਕਰ ਦਿੱਤੇ ਆਪਾਂ ਜਨਾਬ। ਇਹ ਦੇਖੋ ਜੀ, ਸਾਰਾ ਤੋੜ ਤੂੜ ਦਿੱਤਾ ਜੀ ਸੈਟਅਪ। ਹੈਲੋ ਜੀ, ਆ ਖੋਲ੍ਹ ਦਿੱਤਾ ਸਾਰਾ, ਬਾਰੀ ਰਹਿ ਗਈ ਖੱਲੇ। ਉੱਤੇ ਜਾ ਕੇ ਤੁਹਾਨੂੰ ਹੁਣ ਮਾਹੌਲ ਦਿਖਾਉਣਾ ਜੀ ਕੀ ਮਾਹੌਲ। ਹੈਲੋ ਜੀ ਭਾਈ, ਆ ਵੀ ਤੋੜ ਤੂੜ ਦਿੱਤਾ, ਉਹ ਥੱਪਲੇ ਖੋਲ੍ਹ ਲਿਆ, ਉੱਥੇ ਹੋਰ ਲਾ ਤੇ। ਹੈਲੋ ਜੀ ਭਾਈ, ਮੇਰੇ ਨਾਲ ਜਨਾਬ ਮੁਰਤਜ਼ਾ ਭਾਈ ਮੌਜੂਦ ਆ ਜੀ। ਬੜੇ ਅੱਛੇ ਕਬੂਤਰ ਜਨਾਬ ਇਹਨਾਂ ਨੇ ਮੈਨੂੰ ਦਿੱਤੇ, ਮੇਰੇ ਕੋਲ ਬਹੁਤ ਅੱਛੀਆਂ ਬਰੀਡਾਂ ਇਹਨਾਂ ਨੇ ਬਣਾਈਆਂ ਇਹਨਾਂ ਦੀ ਵਜ੍ਹਾ ਨਾਲ। ਅੱਜ ਮੁਰਤਜ਼ਾ ਭਾਈ ਆਏ ਸੀ, ਕਹਿੰਦੇ ਸਾਕੀ ਭਾਈ ਕੋ ਆਪਣੀ ਪਸੰਦ ਦਾ ਜੋੜਾ ਦੇ ਚੰਗਾ ਜਿਹਾ। ਮੁਰਤਜ਼ਾ ਭਾਈ ਨੂੰ ਪਸੰਦ ਕਰਵਾਉਂਦੇ ਜਨਾਬ, ਜੋੜਾ ਤਾਂ ਦਿੰਦੇ ਹਾਂ ਸਰ, ਤੁਹਾਡੇ ਨਾਲ ਸ਼ੇਅਰ ਵੀ ਕਰਦੇ, ਨਾਲ ਗੱਪਸ਼ਾ ਵੀ ਲਾਉਂਦੇ, ਤੁਹਾਨੂੰ ਕਬੂਤਰ ਵੀ ਦਿਖਾਉਂਦੇ। ਲਓ ਜੀ ਭਾਈ ਜਾਨ, ਆਹ ਮੁਰਤਜ਼ਾ ਭਾਈ ਆ ਜੀ, ਇਹਨਾਂ ਨੂੰ ਆਹ ਗਿਫਟ ਜੋੜਾ ਦਿੱਤਾ ਜਨਾਬ, ਔਰ ਮੁਰਤਜ਼ਾ ਭਾਈ ਕੋ ਸ਼ੌਕ ਵੀ ਕਰਵਾਉਂਦੇ, ਪੁੱਛਦੇ ਮੁਰਤਜ਼ਾ ਭਾਈ ਕੈਸਾ ਲੱਗਾ ਵਾ। ਮੁਰਤਜ਼ਾ ਭਾਈ ਕਹਿੰਦੇ ਤੁਸੀਂ ਪੜੋ ਇਹ ਜਿਹੜਾ ਮਾਦੀ, ਇਹ ਮਾਦੀ ਦੇ ਨਾਲ ਮੈਂ ਆਪਣੀ ਪਸੰਦ ਦਾ ਜਨਾਬ ਇਹਨਾਂ ਨੂੰ ਜੋੜੇ, ਇਹ ਮਾਦੀ ਆਈ ਆ ਆਂਡਿਆਂ ਦੇ ਮੋਤੀਆਂ ਵਾਲੀ। ਮੁਰਤਜ਼ਾ ਭਾਈ ਪਸੰਦ ਆਇਆ ਵਾ? ਪਸੰਦ ਆਇਆ ਵਾ, ਤੇਰੇ ਕੋਲ ਆਇਆ ਕਿ ਤੁਸੀਂ ਤੈਨੂੰ ਹੀ ਵੇਚੀ ਦੇ ਅੱਗੇ ਵੀ ਜੋੜਾ ਵੀ ਲਈਦਾ ਵਾ, ਤੇ ਬੱਚੇ ਕਢਾ ਕੇ ਫਿਰ ਮੁੱਲ ਵੇਚਦੇ। ਲਓ ਜੀ, ਸਾਡੇ ਕੋਲ ਜੋੜੇ ਲੈ ਕੇ ਸਰ ਕਾਰੋਬਾਰ ਕਰ ਰਹੇ ਅਗਲੇ, ਸਾਡੇ ਕੋਲ ਜੋੜੇ ਲੈ ਕੇ ਬਾਅਦ ਬੱਚੇ ਕਢਾ ਕੇ ਬੱਚੇ ਵੀ ਮੈਨੂੰ ਵੇਚਦਾ ਜਨਾਬ। ਇਹ ਹੁਣ ਮੈਂ ਆਪਣੀ ਪਸੰਦ ਨਾਲ ਜਨਾਬ ਇੱਕ ਜੋੜਾ ਦਿੱਤਾ, ਇੱਕ ਕਾਰੀ ਸਾਹਿਬ ਨੇ ਰੱਖਿਆ ਸੀਗਾ, ਕਾਰੀ ਸਾਹਿਬ ਨੇ ਰਿਪਲਾਈ ਨਹੀਂ ਕੀਤਾ, ਉਹਨਾਂ ਕਿਹਾ ਪਤਾ ਨਹੀਂ ਸਾਕੀ ਦੇ ਕਬੂਤਰ ਹੀ ਮਤਲਬ ਕਿ ਕਿੱਦਾਂ ਦੇ ਆ, ਜ਼ਬਾਨ ਕਰ ਲਈ ਸਾਡੇ ਨਾਲ, ਬਾਅਦ 'ਚ ਫਿਰ ਉਹਨਾਂ ਨੇ ਜਵਾਬ ਦਿੱਤਾ, ਲੇਕਿਨ 100 ਵੱਧ ਘੱਟ ਹੋ ਜਾਂਦੇ ਕਈ ਵਾਰੀ, ਨਹੀਂ ਬੰਦਿਆਂ ਕੋਲ ਬੱਚੇ ਪੈਸੇ ਬਣਦੇ ਤਾਂ ਚਲੋ ਕੋਈ ਗੱਲ ਨਹੀਂ, ਗਿਲਾ ਸ਼ਿਕਵਾ ਕੋਈ ਨਹੀਂ। ਇਹ ਸਰ ਮਾਦੀ ਆ ਜੀ, ਮਾਸ਼ਾਅੱਲਾ ਮਾਦੀ ਨੇ ਆਂਡਾ ਦੇਣਾ ਜੀ, ਅੱਜ ਹੀ ਇਹਨੇ ਦੇ ਦੇਣਾ ਆਂਡਾ ਇਨਸ਼ਾਅੱਲਾ। ਮੁਰਦਿਆ ਭਾਈ ਇਹਨੇ ਅੱਜ ਹੀ ਆਂਡਾ ਦੇ ਦੇਣਾ ਜੀ, ਇਹਨੂੰ ਡੱਕ ਨਹੀਂ ਜਾ ਕੇ। ਇਹ ਚੱਕਰੋ ਜੀ, ਇਹ ਮਾਦੀ ਆ ਭਾਅ ਜੀ, ਇਹ ਦੇਖੋ ਕੜੀ ਭਾਈ, ਇਹ ਟੈਡੀ ਮਾਦੀ ਕਾਂਟਿਆਂ ਵਾਲੀ ਭਾਈ ਜਾਨ, ਦਿਖਾਓ ਮੁਰਦਿਆ ਭਾਈ ਦੇਖੋ, ਅਤੇ ਇਹ ਨਰ ਵਾ ਜੀ ਕਾਂਟਿਆਂ ਵਾਲਾ, ਇਹ ਚੈੱਕ ਕਰੋ ਜ਼ਰਾ, ਕਾਂਟਿਆਂ ਵਾਲਾ ਨਰ ਵਾ ਜਨਾਬ, ਇਹ ਨਰ ਲੱਗਾ ਵਾ, ਇਹਦੇ ਨਾਲ ਜੋੜਾ ਹੀ ਲੱਗਾ ਸੀਗਾ, ਅਤੇ ਮੈਂ ਕਿਹਾ ਕਾਂਟਿਆਂ ਵਾਲੇ ਨਾ ਕਾਂਟਿਆਂ ਵਾਲੇ ਬਣਾ, ਖੂਬਸੂਰਤ ਵੀ ਹੋਣਗੇ ਅਤੇ ਬੱਚੇ ਵੀ ਉੱਡਣਗੇ ਇਨਸ਼ਾਅੱਲਾ ਮੇਰੇ ਅੱਲਾ ਨੇ ਚਾਹਿਆ ਜਨਾਬ। ਇਹ ਚੈੱਕ ਕਰੋ, ਠੀਕ ਆ ਭਾਅ ਜੀ, ਆਹ ਚੈੱਕ ਕਰੋ, ਇਹ ਦੇਖੋ ਪੰਜੇ ਦੇ, ਬਹੁਤ ਅੱਛਾ ਜੋੜਾ ਜਨਾਬ, ਬਹੁਤ ਅੱਛਾ ਜੋੜਾ ਭਾਈ ਜੀ। ਭਾਅ ਜੀ ਮੈਂ ਉੱਪਰ ਗਿਆ, ਮੁਰਤਜ਼ਾ ਭਾਈ ਕਹਿੰਦਾ ਮੈਂ ਆਪਣੀ ਮਰਜ਼ੀ ਨਾਲ ਜੋੜਾ ਕੱਢਣਾ ਜਨਾਬ ਥੱਲਿਓ ਇਸ ਖੁੱਡੇ ਦੇ ਵਿੱਚੋਂ, ਮੈਂ ਕਿਹਾ ਆਪਣੀ ਮਰਜ਼ੀ ਨਾਲ ਕੱਢ ਲਓ ਅਤੇ ਪੈਸੇ ਮੇਰੀ ਮਰਜ਼ੀ ਦੇ, ਕਹਿੰਦਾ ਤੂੰ ਜੋ ਮੂੰਹੋਂ ਕੱਢੇਗਾ ਜੀ। ਭਾਅ ਜੀ ਇੱਧਰ ਨੂੰ ਆਓ ਜ਼ਰਾ, ਕਿਹੜੀ ਸ਼ੈਅ ਨੂੰ ਹੱਥ ਪਾ ਲਿਆ ਜਨਾਬ, ਹੈਂ ਹੁਣ ਮੁਹੱਲੇਦਾਰੀ ਦਾ ਨਜਾਇਜ਼ ਫਾਇਦਾ ਚੱਕਣ ਦੇ ਆ ਜੀ। ਮੈਨੂੰ ਸ਼ੈਅ ਚੰਗੀ ਲੱਗੀ, ਸ਼ੈਅ ਉਹ ਹੋਣੀ ਚਾਹੀਦੀ ਹੈ ਜਿਹੜੀ ਚੰਗੀ ਲੱਗੇ, ਆਹ ਗੱਲ ਸਹੀ ਆ, ਸ਼ੌਕ ਕਰਾਓ ਮੁਰਤਜ਼ਾ ਭਾਈ ਇਹਦੀ, ਅੱਖ ਦਾ ਸ਼ੌਕ ਕਰਾਓ ਪਹਿਲੇ ਜਨਾਬ। ਇਹ ਜਨਾਬ ਵੱਡਾ ਹਬਸ਼ੀ ਕਬੂਤਰ ਜਨਾਬ ਮੁਰਤਜ਼ਾ ਭਾਈ ਨੇ ਕੱਢਿਆ ਆਪਣੀ ਮਰਜ਼ੀ ਦੇ ਨਾਲ, ਜਿਹਦੀ ਸਾਰੀ ਨਸਲ ਮੈਂ ਲੋਕਾਂ ਨੂੰ ਵੇਚਦਾ ਰਿਹਾ। ਚੈੱਕ ਕਰੋ ਜ਼ਰਾ ਕਬੂਤਰ, ਨਜਾਬ ਕਬੂਤਰ ਨਾ ਹੋਵੇ ਤਾਂ ਸਰਕਾਰ ਗੱਲ ਕਰਿਓ, ਭਰਾ ਨੇ ਹੱਥ ਵੀ ਉਸੇ ਜੋੜੇ ਨੂੰ ਪਾਇਆ ਜਿਹੜਾ ਮੇਰੇ ਦਿਲ ਤੋਂ ਕਰੀਬ ਸੀਗਾ, ਜਿਹਦੀ ਖਾਤਰ ਮੈਂ ਪੂਰੀ ਗੇਮ ਲਿਆਂਦੀ। ਚੈੱਕ ਕਰੋ ਮਾਸ਼ਾਅੱਲਾ। ਅਤੇ ਮੁਰਤਜ਼ਾ ਭਾਈ ਤੁਸੀਂ ਅੱਗੇ ਕੀ ਕਹਿ ਰਹੇ ਸੀ, ਹਜੇ ਵੀ ਉੱਦਾਂ ਹੀ ਆ ਕੀ? ਉੱਦਾਂ ਵਾ, ਮੈਂ ਕਹਿੰਦਾ ਕਿ ਡੱਬ ਉਮਰ ਦਾ, ਉਮਰ ਹੋ ਗਈ ਆ ਦੀਦੀ ਆਜੀ, ਤਾਂ ਕਬੂਤਰ ਹਜੇ ਦੇ ਕਿੰਨਾ ਮਲਾਇਮ ਆ। ਅੱਛਾ, ਹੱਡੀ ਜੋੜ ਕੈਸਾ ਇਹਦਾ? ਜੋੜ ਤਾਂ ਪੂਰਾ, ਹੱਡੀ ਜੋੜ ਮਜ਼ਬੂਤ ਆ ਹਜੇ ਤਾਈਂ, ਹਜੇ ਤਾਈਂ ਮਜ਼ਬੂਤ ਵੇਖ ਕਬੂਤਰ ਦੀ। ਮਾਸ਼ਾਅੱਲਾ, ਇਹ ਜੋ ਪੁਰਾਣੀ ਨਸਲ ਦੇ ਮੁਰਤਜ਼ਾ ਭਾਈ ਆ, ਬਹੁਤ ਪੁਰਾਣੀ ਨਸਲ ਦੇ ਕਬੂਤਰ ਆ ਇਹ। ਪਰ ਖੋਲਿਓ ਜ਼ਰਾ ਇੱਕ ਵਾਰੀ, ਫਿਰ ਪੰਜੇ ਵੀ ਦਿਖਾਉਣੇ ਤੁਸੀਂ। ਹੈਲੋ, ਪੰਜੇ ਦਿਖਾਓ ਹੁਣ, ਪੰਜੇ ਦਿਖਾਓ। ਮਾਸ਼ਾਅੱਲਾ ਵਜੂਦ ਵੀ ਦੋ ਹੱਥਾਂ ਦੇ, ਹਜੇ ਇੰਨੀ ਜਾਨ ਇਹ 'ਚ। ਹਾਂਜੀ ਭਾਅ ਜੀ, ਇੰਨੀ ਜਾਨ, ਇਹਨੂੰ ਪਾਓ ਡੱਬੇ ਦੇ ਵਿੱਚ, ਆ ਡੱਬੇ 'ਚ ਪਾਓ ਜ਼ਰਾ, ਧਿਆਨ ਨਾਲ ਪਾਇਓ। ਅਤੇ ਇਹਦੇ ਨਾਲ ਜਿਹੜੀ ਮਾਦੀ ਸੀਗੀ ਉਹ ਮੁਰਤਜ਼ਾ ਭਾਈ ਨੂੰ ਮੈਂ ਕਿਹਾ ਮੇਰੀ ਮਰਜ਼ੀ ਨਾਲ ਮਾਦੀ ਲਵਾ ਲਾ ਜਨਾਬ, ਕਹਿੰਦਾ ਭਾਅ ਜੀ ਦਿਖਾ ਦੇ ਜੇ ਪਸੰਦ ਆਈ ਤਾਂ। ਇਹ ਭਾਅ ਜੀ ਮਾਦੀ ਆ, ਆਹ ਹਾ ਹਾ, ਸਰਕਾਰ ਝੱਸ ਨਹੀਂ ਆ ਜਾਏਗੀ ਮਾਦੀ ਦੀ ਵੀ, ਪਿਓਰ ਨਸਲ ਲਾਲ ਅੱਖਾਂ ਦੇ। ਆਪਾਂ ਇਹ ਜੇਠ ਚੜਾਉਣੇ ਲਾਲ ਅੱਖਾਂ ਦੇ, ਲੋਕਾਂ ਨੂੰ ਪਤਾ ਲੱਗੇ ਲਾਲ ਅੱਖਾਂ ਦੇ ਵੀ ਉੱਡਦੇ, ਲੇਕਿਨ ਕਬੂਤਰ ਹੋਣ ਫੇਰ ਉੱਡਦੇ। ਹੁਣ ਸਾਹਮਣੇ ਤੁਹਾਡਾ ਕੰਮ ਆ, ਜ਼ੋਰ ਦੋਨਾਂ 'ਚ ਦੇਖ ਲਓ ਕਿੰਨਾ। ਹੈਲੋ ਜੀ, ਮਾਦੀ ਦਾ ਵੀ ਸ਼ੌਕ ਕਰੋ ਮੁਰਤਜ਼ਾ ਭਾਈ, ਥੋੜ੍ਹਾ ਇੱਧਰ ਨੂੰ ਹੋਵੋ, ਸ਼ੌਕ ਦੋਸਤਾਂ ਤੋਂ ਕਰਾਈਏ। ਅੱਛਾ,
ਲੈਣਾ ਦੇਣਾ ਨਸੀਬਾਂ ਦੀ ਗੱਲ ਹੈ। ਇਹ ਸਨਾਬ ਜਨਾਬ ਪਿਓਰ ਹਬਸ਼ੀ ਜੋੜਾ ਭਾਅ ਜੀ ਨੇ ਲੈ ਲਿਆ ਜੀ। ਬਹੁਤ ਗੁੱਸਾ ਕਰਦੇ ਕਬੂਤਰ ਸਰ। ਲਓ ਜੀ ਕਬੂਤਰ ਗੁੱਸਾ ਕਰਦੇ, ਤੁਸੀਂ ਤਾਂ ਨਹੀਂ ਕਰ ਲਿਆ ਤੁਹਾਡੇ ਜਾਨਵਰ ਨੂੰ ਹੱਥ ਲਾ ਲਿਆ? ਤੂੰ ਭਰਾ ਵਾ, ਅੱਜ ਤੱਕ ਜਿਗਦੋਂ ਤੇ ਕੋ ਜਿਹੜਾ ਮੰਗਿਆ ਤੂੰ ਮੈਨੂੰ ਨਾ ਨਹੀਂ ਕੀਤੀ ਕਦੀ। ਤੂੰ ਮੈਨੂੰ ਬੜੇ ਬੜੇ ਅੱਛੇ ਕਬੂਤਰ ਦਿੱਤੇ ਆ, ਔਰ ਕੋਈ ਗੱਲ ਨਹੀਂ, ਤੁਹਾਡਾ ਦੁਬਾਰਾ ਸ਼ੌਕ ਉੱਠਿਆ ਮਾੜਾ ਜਿਹਾ ਤੇ ਕੋਈ ਗੱਲ ਨਹੀਂ। ਉਹ ਭਰਾ ਮੇਰੇ ਦਾ ਘਰ ਆ ਜਨਾਬ ਲਾਗੇ, ਇੱਥੋਂ ਜਨਾਬ ਇਹਨਾਂ ਕਬੂਤਰਿਆਂ ਨੇ ਮੈਨੂੰ ਦਿੱਤਾ ਵਾ, ਤਾਂ ਫਿਰ ਹੁਣ ਕਿਹੜੀ ਗੱਲ ਆ ਜਨਾਬ ਲਾਗੇ ਮੱਲੇਦਾਰ ਆਂਢ ਗੁਆਂਢ ਆ। ਅਸੀਂ ਪੈਸਿਆਂ ਦਾ ਵੀ ਲੈਣ ਦੇਣ ਕੋਈ ਨਹੀਂ, ਭਰਾ ਨੇ ਬੱਚੇ ਕਢਾਉਣੇ ਆ, ਵੇਚਣੇ ਆ, ਮੈਨੂੰ ਜਨਾਬ ਕਾਰੋਬਾਰ ਕਰਨਾ ਉਹਨਾਂ ਨੇ। ਮੈਂ ਕਿਹਾ ਭਾਜੀ ਬਿਸਮਿਲ, ਮੈਂ ਭਾਜੀ ਤਾਬਿਆਦਾਰ, ਮੈਂ ਤੇ ਇਹਦਾ ਗਾਹਕ ਹੈਗਾ 2500 ਰੁਪਈਏ ਪਰ ਬੱਚੇ ਦਾ। ਬੱਚੇ ਕਢਾਉਣੇ ਤੁਹਾਡੇ ਕੰਮ ਆ ਇਨਸ਼ਾਲਾ, ਤੇ ਰੱਖੋ ਇਹਨੂੰ ਡੱਬੇ ਦੇ ਵਿੱਚ ਪਾਓ। ਫਿਰ ਮੈਂ ਕਬੂਤਰਾਂ ਨੂੰ ਉੱਤੇ ਉੜਨ ਵਾਲੇ ਨੂੰ ਦਾਣਾ ਪਾਣੀ ਵੀ ਪਾਉਣਾ, ਸੋ ਇਹਨੂੰ ਫੜਕ ਲੈਣੀ ਆ ਜੀ। ਬਾਕੀ ਮੁਰਜ਼ਾ ਭਾਈ ਇਹਨਾਂ 'ਚੋਂ ਤੁਹਾਨੂੰ ਕਿਹੜਾ ਕਬੂਤਰ ਕੋ ਪਸੰਦ ਆਇਆ ਜ਼ਿਆਦਾ? ਕਬੂਤਰੀ ਕਿਸੇ ਦੀ ਰਹਿ ਗਈ ਲੱਗਦਾ ਮੇਰੇ ਕੋਲ। ਚਲੋ ਲੱਭਦੇ ਆ ਜੀ ਸਿਸਟਮ। ਇਹ ਮਾਸ਼ਾਅੱਲਾ ਜਨਾਬ ਆਪਣੇ ਕਬੂਤਰ ਆ, ਤੁਹਾਨੂੰ ਸ਼ੌਕ ਕਰਾਉਂਦੇ ਆ ਜੀ ਇਨਸ਼ਾਅੱਲਾ। ਮੁਰਤਜ਼ਾ ਭਾਈ ਹੋਰ ਕਿਹੜਾ ਕਬੂਤਰ ਆਪਣਾ ਫੇਵਰੇਟ ਕਬੂਤਰ ਕੋ ਦਿਖਾਓ ਜਿਹੜਾ ਤੁਹਾਡਾ ਦਿਲ ਕਰਦਾ ਵੀ ਇਦਾਂ ਸਲਿਟ ਵੀ ਕਬੂਤਰ ਹੈਗੇ ਵਿੱਚ? ਇਹ ਜਨਾਬ ਮੈਂ ਤੁਹਾਨੂੰ ਸ਼ੌਕ ਕਰਾਉਣਾ ਫੜਿਆ ਮੁਰਤਜ਼ਾ ਭਾਈ, ਮੇਰੇ ਵੱਲ ਕਰੋ ਕੈਮਰਾ, ਇਹ ਇੱਦਾਂ ਫੜ ਗਈ। ਇਹ ਜਨਾਬ ਜੋੜਾ ਮੈਨੂੰ ਇਸ ਭਰਾ ਨੇ ਗਿਫਟ ਦਿੱਤਾ ਸੀ ਇਹ ਕਬੂਤਰ, ਇਹ ਜਿਹੜਾ ਤੁਹਾਨੂੰ ਮੈਂ ਕਬੂਤਰ ਦਾ ਸ਼ੌਕ ਕਰਾ ਰਿਹਾ। ਮੈਂ ਇੱਕ ਵਾਰੀ ਵੇਚਣ ਵੀ ਲੱਗਾ ਸੀ, ਮੈਨੂੰ ਦੱਸਿਆ ਸੀ ਮੈਨੂੰ ਕਹਿੰਦਾ ਪੈਸੇ ਲੱਭਦੇ ਵੇਚਦੇ, ਪਰ ਵੇਚੀ ਨਾ, ਕਬੂਤਰ ਬਹੁਤ ਚੰਗਾ ਹੀ ਉਹ। ਇਹ ਇੱਧਰ ਆਓ ਜ਼ਰਾ ਮੁਰਤਜ਼ਾ ਭਾਈ, ਇੱਥੇ ਸ਼ੌਕ ਕਰਾਓ ਜ਼ਰਾ। ਇਹ ਕਬੂਤਰ ਦੇਖੋ ਜੀ ਮੇਰੇ ਹੱਥੇ ਫੜਿਆ, ਬੰਦਰ ਚੈੱਕ ਕਰੋ ਜ਼ਰਾ ਮੁਰਤਜ਼ਾ ਭਾਈ, ਤੇਰਾ ਇੱਕ ਤੇ ਲਾਗੇ ਨੀਵਾਂ ਕਰੋ ਬਾਇਰ, ਇਹ ਦੱਬੋ ਇੱਕ ਤੇ, ਆਹਰੇ ਇੱਕ ਲਿਖਿਆ ਹੀ ਉਹ, ਇਹਨੂੰ ਦੱਬੋ, ਇਹ ਕਲੀਅਰ ਹੋਈ, ਹੁਣ ਤਿੰਨ ਦੱਬੋ ਉੱਪਰ ਉੱਪਰ ਉੱਪਰ। ਇਹ ਭਾਈ ਜਾਨ ਇਸ ਭਰਾ ਨੇ ਮੈਨੂੰ ਇਹ ਕਬੂਤਰ ਗਿਫਟ ਕੀਤਾ, ਨਹੀਂ ਇਹ ਨੀਗਾ ਉਹ ਦੂਸਰਾ ਵਾ ਗਿਆ, ਇਹੀ ਆ ਫਿਰੋਜ਼ਪੁਰੀ ਮੇਰਾ ਖਿਆਲ ਉਹ ਦੂਸਰਾ ਹੈ ਨਾ, ਇਹ ਕਬੂਤਰ ਨੀਗਾ, ਇਹਦੇ ਨਾਲ ਦੇ ਕਬੂਤਰ ਆ ਜੀ। ਇਹ ਭਰਾ ਜੀ ਜੋੜਾ ਤੁਹਾਡੇ ਭਰਾ ਨੇ ਲਾਇਆ ਵਾ ਮਾਸ਼ਾਅੱਲਾ ਜੀ, ਝੱਸਾਂ ਕਰਾਉਣ ਵਾਲਾ ਜੋੜਾ ਲਾ ਤਾ, ਮੈਂ ਤੁਹਾਨੂੰ ਸ਼ੌਕ ਕਰਾਉਂਦਾ ਜਨਾਬ ਕਬੂਤਰੀ ਦਾ ਵੀ। ਬੜੀ ਦੁਨੀਆ ਕੋ ਤੁਸੀਂ ਜਨਾਬ ਬੜੀ ਦੁਨੀਆ ਕੋ ਬਰੀਡਾਂ ਲੈਣ ਜਾਂਦੇ ਆ, ਅਨਮੋਲ ਤੇ ਖਲਮੋਲ ਤੇ ਤਲਮੋਰ। ਇਹ ਦੇਖੋ ਕਬੂਤਰੀ ਕਿਹੜੀ ਲਾਈ ਤੁਹਾਡੇ ਭਰਾ ਨੇ, ਇਹ ਵਜੂਹ ਦੇਖੋ ਕਬੂਤਰੀ ਦਾ, ਸਿਆਲਕੋਟ ਚਿੱਟੇ ਮੂੰਹ ਵਾਲੀ, ਲਾਗੇ ਕਰੋ ਮੁਰਤਜ਼ਾ ਭਾਈ। ਇਹ ਲਓ ਜੀ ਥੱਲੇ ਨੂੰ ਮੋਬਾਇਲ ਨੀਵਾਂ ਕਰ, ਹਨਾ ਮੋਬਾਇਲ ਤੂੰ ਨਹੀਂ ਨਹੀਂ ਇੱਦਾਂ ਨੀਵਾਂ ਕਰ ਲਓ ਚੋਰ ਸਾਹਿਬ, ਤੁਸੀਂ ਮੋਬਾਇਲ ਹੀ ਐਡਾ ਤੁਹਾਡਾ ਕੱਦ ਆ ਮਾਸ਼ਾਅੱਲਾ ਮੋਬਾਇਲ ਮੇਰੀ। ਇਹ ਇਹ ਚੈੱਕ ਕਰੋ ਜਨਾਬ ਮਾਦੀ ਦੇ ਪੱਲੇ, ਇਹ ਮਾਦੀ ਇਸ ਕਬੂਤਰ ਨਾਲ ਆਈ ਭਾਈ ਜਾਨ, ਔਰ ਇਹ ਦੇਖੋ ਜੀ ਠੀਕ ਹੈ ਜੀ, ਇਹ ਜੋੜੇ ਬੜੇ ਧਰਨਾਕ ਜੋੜੇ ਜਨਾਬ ਅੱਲਾਹ ਦੀ ਰਹਿਮਤ ਨਾਲ ਆਏ ਆ, ਔਰ ਮਜ਼ਾ ਵੀ ਆਏਗਾ ਇਨਸ਼ਾਅੱਲਾ। ਮੁਰਤਜ਼ਾ ਭਾਈ ਇਹ ਕਾਲਾ ਕਬੂਤਰ ਲਾਉਂਦਾ ਹਾਂ, ਜੇ ਵੀ ਪਸੰਦ ਆ ਤਾਂ ਦੱਸ ਦਿਨ ਆ ਵੀ ਜੋੜਾ ਆਪਾਂ ਤੁਹਾਨੂੰ ਦੇ ਦੇਣਾ ਘਰ ਦੀ ਆਣ ਕੇ। ਇਹ ਕਬੂਤਰ ਦੇ ਪੱਲੇ ਹੀ ਹੋ, ਲਾਗੇ ਕਰਕੇ ਹੁਣ ਅੱਖ ਦਿਖਾਓ ਇਹਦੀ, ਹੈ ਕਿ ਨਹੀਂ ਅੱਗ, ਹੈ ਕਿ ਨਹੀਂ ਮਜ਼ਾ। ਤੁਸੀਂ ਆਪਣਾ ਸੈਟਅਪ ਸੈੱਟ ਕਰ ਲਓ ਇਨਸ਼ਾਅੱਲਾ, ਜਿਹੜਾ ਜਿਹੜਾ ਕਬੂਤਰ ਭਰਾ ਨੂੰ ਪਸੰਦ ਆਏਗਾ ਇਨਸ਼ਾਅੱਲਾ ਦਿਆਂਗੇ ਜਨਾਬ। ਇਹ ਜਨਾਬ ਜੋੜੇ ਆ ਕੁਛ ਮੁਰਤਜ਼ਾ ਭਾਈ ਨੇ, ਜਿਹੜਾ ਜਿਹੜਾ ਪਸੰਦ ਕੀਤਾ ਸੀ ਉਹਨੂੰ ਦੇਤੇ ਆ ਮੇਰੇ ਮੇਨ ਵੱਡੇ ਆ, ਫਰਾਂਸੀ ਕਬੂਤਰੀ ਗੋਲਡਨ ਕਬੂਤਰ, ਠੀਕ ਆ ਭਾਈ ਜਾਨ। ਇਹ ਮੇਰੇ ਮਾਸ਼ਾਅੱਲਾ ਜਨਾਬ ਕਬੂਤਰ ਨੇ ਚੂਹੀ ਕਬੂਤਰੀ, ਅਤੇ ਇਹ ਮੇਰਾ ਵੱਡਾ ਕਾਲਾ ਜਾ ਕਬੂਤਰ ਆਂਡੇ ਲਾ ਤੇ ਜਨਾਬ, ਬੜੀ ਖੁਸ਼ੀ ਵਾਲੀ ਗੱਲ, ਇਹਦਾ ਆਂਡਾ ਹੀ ਇਕੱਲਾ 50,000 ਰੁਪਈਏ ਦਾ ਜੀ, ਇੰਨਾ ਕੁ ਇਹਦੇ ਗਰੰਟੀ ਆ, ਅੜਾਵਾਂਗੇ ਇਨਸ਼ਾਅੱਲਾ। ਇਹ ਦੇਖੋ ਜਨਾਬ, ਇਹ ਦੇਖੋ ਜੋੜਾ ਲਾਇਆ ਤੁਹਾਡੇ ਭਰਾ ਨੇ, ਜ਼ੀਰੇ ਨਾਲ ਜ਼ੀਰਾ ਬਣਾ ਦਿੱਤਾ ਜੀ, ਠੀਕ ਹੈ ਨਾ। ਅਤੇ ਜਨਾਬ ਮੇਰੀ ਇਹ ਵਾ ਮੁਰਤਜ਼ਾ ਭਾਈ ਤੁਹਾਡੇ ਵਾਲਾ ਸਲੇਟਾ, ਇਹ ਹੀ ਫਿਰੋਜ਼ਪੁਰੀ, ਇਹ ਸੀਗਾ ਜਨਾਬ ਮੁਰਤਜ਼ਾ ਭਾਈ ਵਾਲਾ ਕਬੂਤਰ ਜੀ।
ਇਹ ਅੰਮ੍ਰਿਤਸਰ ਦਾ ਸ਼ੌਕ ਕਰਾ। ਇਹ ਤਾਂ ਜੀ ਫਿਰੋਜ਼ਪੁਰੀ ਪਮੋਜੀ ਮਾਦੀ ਨਾਲ ਲੈ, ਦੂਸਰੀ ਤਰ੍ਹਾਂ ਫੜੋ ਗਲਤ ਫੜ ਲਿਆ। ਇੰਜਾ ਇੱਧਰਲੇ ਪਾਸੇ ਆਓ, ਇੱਥੇ ਆਓ। ਇਹ ਜਿਹੜਾ ਮੁਰਦਾ ਭਾਈ ਨੇ ਗਿਫਟ ਦਿੱਤਾ ਸੀ ਮੈਨੂੰ ਫਿਰੋਜ਼ਪੁਰੀ ਕਬੂਤਰ, ਇੱਧਰ ਨੂੰ ਹੋਇਓ ਥੋੜ੍ਹਾ ਜਿਹਾ, ਇੱਥੇ ਰੋਸ਼ਨ ਤਾਂ ਹੁਣ ਦਿਖਾਓ ਜ਼ਰਾ ਕਬੂਤਰ। ਇਹ ਲਓ, ਨਹੀਂ ਕਲੀਅਰ ਨਹੀਂ ਹੋਇਆ, ਪਹਿਲੇ ਇੱਕ ਤੇ ਕਰੋ ਜ਼ਰਾ। ਇਹ ਲਓ, ਥੱਲੇ ਨੂੰ ਮੋਬਾਇਲ ਦੇ ਨੀਵਾਂ ਰੱਖੋ ਨਾ, ਇੱਥੇ ਇਹ ਹੁਣ ਕਰੋ ਜ਼ਰਾ ਤਿੰਨ ਦੇ, ਦੋ ਦੇ। ਇਹ ਲਓ ਜੀ, ਇਹ ਜਿਹੜਾ ਬੇਸੇ ਭਰਾ ਨੇ ਮੈਨੂੰ ਗਿਫਟ ਦਿੱਤਾ ਸੀ ਮੁਰਦਾ ਭਾਈ ਨੇ, ਹੁਣ ਇੱਕ ਤੇ ਕਰ ਲਓ ਵਾਪਸ ਥੱਲੇ। ਹਾਂ, ਇਹ ਲਓ, ਇਹ ਜਨਾਬ ਇਹਨਾਂ ਨੇ ਗਿਫਟ ਦਿੱਤਾ ਜੀ। ਜਦੋਂ ਇਹਨਾਂ ਨੇ ਗਿਫਟ ਦਿੱਤਾ ਤਾਂ ਸਾਡਾ ਵੀ ਹੱਕ ਬਣਦਾ ਕਿ ਚੰਗੀ ਸ਼ਾਹੀ ਗਿਫਟ ਦਈਏ ਜਨਾਬ। ਅੱਜ ਇਹਨਾਂ ਦਾ ਦਿਲ ਆਇਆ ਵਾ ਤਾਂ ਇਹ ਦੇਖੋ ਮਾਦੀ ਭਾਅ ਜੀ ਕਿਹੜੀ ਲਾਈ ਨਾਲ, ਚੈੱਕ ਕਰੋ ਜ਼ਰਾ, ਆ ਜਾਓ ਦੇਖੋ ਜ਼ਰਾ, ਤੁਹਾਨੂੰ ਵੀ ਪਤਾ ਲੱਗੇ। ਦੇਖੇ ਮਾਦੀ ਕਿਹੜੀ ਆ ਭਲਾ, ਪਮੋਜ਼ੀ, ਪੈਰਾਂ ਦੇ ਪੂਰੇ ਵਾਲ ਜਨਾਬ। ਹਾਂਜੀ, ਵੱਡੇ ਜੋੜੇ ਦੀ ਜਨਾਬ। ਬਾਕੀ ਸਰ ਅੱਜ ਈਦ ਮਿਲਾਦ ਨਬੀ ਆ ਜੀ, ਮਸਰੂਫ ਹਾਂ, ਇਨਸ਼ਾਅੱਲਾ ਫਿਰ ਗੱਪਸ਼ੱਪ ਹੋਏਗੀ। ਦੁਆਵਾਂ ਯਾਰ ਰੱਖਿਓ, ਅੱਲਾ ਹਾਫਿਜ਼।